ਓਏ ਬੱਲੇ ਓਏ ਆ ਜਾ ਅੱਜ ਬਸ਼ੀਰ ਦੇ ਕੱਪੜੇ ਵਾਪਸ ਕਰਕੇ ਆ ਆ ਦਿਆ ਉਹਨਾਂ ਨੇ ਜਾਣਾ ਹੈਗਾ ਆ ਲੈ ਜਾ ਨਾਲੇ ਦੋ ਕੋਟ ਆ ਉਹਨਾਂ ਨੇ ਪਿਛਲੇ ਪੈਸੇ ਰਹਿੰਦੇ ਉਹ ਵੀ ਲਈ ਜਾਵੀ ਆਹੋ ਮੇਰਾ ਕਵੀ ਉਹਨਾਂ ਨੂੰ ਜਾ ਕੇ ਤੁਹਾਨੂੰ ਕੋਈ ਦੁਕਾਨ ਦਾ ਕਿਰਾਇਆ ਦੇਣਾ ਅੱਜ ਮਹਿੰਗਾਈ ਇੰਨੀ ਹੈ ਉਹ ਤੋਂ ਪੈਸੇ ਲੈ ਕੇ ਭੁੱਲ ਜਾਂਦੇ ਨੇ ਗੱਡੀਆਂ ਐਡੜੀਆਂ ਲੰਬੀਆਂ ਰੱਖੀਆਂ ਆ ਵੀ ਹੱਦ ਹੋ ਗਈ ਹੈ ਇਹਨੂੰ ਨਾਲ ਲੈ ਜਾ 900 ਰੁਪਈਆ 900 ਅਸਲਾਮ ਵਾਲੇਕਮ ਭਾਈ ਜਾਨ ਜੀ ਵਾਲੇਕਮ ਅਸਲਾਮ ਭਾਈ ਜਾਨ ਕੀ ਲੈ ਰਹੇ ਹੋ ਪ੍ਰੈਸ ਦਾ ਸੂਟ ਦਾ ਭਾਅ ਜੀ 150 ਰੁਪਈਆ ਹੈ ਬਮਾਏ ਤੋਂ ਆਈ ਅਤੇ ਇਕੱਲਾ ਪ੍ਰੈਸ ਦਾ ਕੀ ਪ੍ਰੈਸ ਲੈਣਾ ਇਕੱਲੇ ਪ੍ਰੈਸ ਦੇ ਭਾਅ ਜੀ 50 ਰੁਪਈਏ 80 ਰੁਪਈਏ 30 ਨਾਲ ਹੀ ਵਧਾ ਦਿੱਤੇ ਨਹੀਂ 80 ਰੁਪਈਏ ਭਾਅ ਜੀ ਅੱਛਾ 80 ਰੁਪਏ ਲੈ ਅਤੇ ਉਹ ਬੋਸਕੀ ਦੀ ਕੀ ਲੈ ਰਹੇ ਹੋ ਤੁਹਾਈ ਤੋਂ ਬੋਸਕੀ ਦੇ ਭਾਅ ਜੀ 50 ਰੁਪਏ 60 ਰੁਪਏ ਜ਼ਿਆਦਾ ਲੈ ਲਈ ਤੇ ਉਹਦੇ ਕਿਉਂ ਜ਼ਿਆਦਾ ਲੈ ਰਹੇ ਨਹੀਂ ਉਹ ਕੱਪੜਾ ਵੀ ਤਾਂ ਵੇਖੋ ਨਾ ਭਾਅ ਜੀ ਕਰੰਡੀ ਕਰੰਡੀ ਦੇ ਵੀ ਉਹਨੇ ਲੈ ਲਈ ਤੇ ਤੇ ਜਿਹੜਾ ਵਾਸ਼ਨ ਵੇਅਰ ਆ ਸੌਫਟ ਜੇ ਇਹਦੇ ਕਿੰਨੇ ਪੈਸੇ ਲੈ ਰਹੇ ਭਾਅ ਜੀ ਇਹਦਾ 150 ਰੁਪਈਆ ਲਈਦਾ ਤੇ ਕੋ ਰਾਤ ਰੂਤ ਕਰਦੇ ਹੋ ਕਿ ਨਹੀਂ ਕਰਦੇ ਰਾਤ ਹੁਣ ਭਾਅ ਜੀ ਫਿਰ 150 ਨਾ ਦਈਓ ਇਹ ਹੀ ਰਾਤ ਹੋ ਸਕਦੀ ਮਹਿੰਗਾਈ ਇੰਨੀ ਆ ਇੰਨਾ ਕੰਮ ਨਹੀਂ ਹੁੰਦਾ ਜਿੰਨਾ ਸਾਨੂੰ ਬਿੱਲ ਆ ਜਾਂਦਾ ਕਿੰਨੇ ਵਜੇ ਤੱਕ ਅਸੀਂ ਰਾਤ ਕਿੰਨੇ ਵਜੇ ਤੱਕ ਬੈਠਦੇ ਹੋ ਤੁਸੀਂ ਰਾਤ ਅਸੀਂ ਭਾਅ ਜੀ 10 ਵਜੇ ਤੱਕ ਬੈਠਨੇ ਆ 10 ਵਜੇ ਤੱਕ ਬੈਠਦੇ ਹਾਂ ਕਾਟਨ ਦਾ ਵੀ ਇਹੀ ਰੇਟ ਆ ਕਾਟਨ ਦਾ ਭਾਅ ਜੀ ਜਦੋਂ ਸਰਦੀ ਆ ਗਰਮੀ ਆਏਗੀ ਪਤਾ ਲੱਗ ਜਾਏਗਾ ਰੇਟ ਕੀ ਬਣੇ ਅੱਛਾ ਅੱਛਾ ਤੇ ਕੰਬਲ ਪਤਾ ਲੱਗਦਾ ਭਾਅ ਜੀ ਮਿੰਟ ਦੀ ਚੀਜ਼ ਕਿੰਨੇ ਦੀ ਹੁੰਦੀ ਮਿੰਟ ਦੀ ਕਿੰਨੇ ਦੀ ਤੇ ਕੰਬਲ ਕੁੰਬਲ ਵੀ ਧੋ ਲੈਂਦੇ ਹੋ ਕੰਬਲ ਧੋ ਲਈਦਾ ਭਾਅ ਜੀ ਉਹਦੇ ਕਿੰਨੇ ਪੈਸੇ ਲੈ ਰਹੇ 700 ਰੁਪਈਆ ਜੀ ਨਹੀਂ ਤੁਸੀਂ ਤਾਂ ਮੋਲ ਵਾਲਾ ਰੇਟ ਦੱਸਣ ਦਾ ਨਾ ਤੁਹਾਈ ਦੱਸ ਪੁੱਛ ਰਹੇ ਹਾਂ ਭਾਅ ਜੀ ਸਾਡੀ ਤੁਹਾਈ ਕਿਤੋਂ ਜਾ ਕੇ ਪੁੱਛ ਲਓ ਅੱਲਾ ਦੀ ਮਿਹਰਬਾਨੀ ਦੇ ਨਾਲ ਸਾਡਾ ਰਿਕਾਰਡ ਆ ਅਸੀਂ ਨੀਅਤ ਨਾਲ ਕੰਮ ਕਰਦੇ ਹੁੰਦੇ ਨੀਅਤ ਨਾਲ ਪੈਸੇ ਲੈਂਦੇ ਤੇ ਸਫਾਈ ਪੂਰੀ ਮਾਰਕੀਟ 'ਚ ਪੁੱਛ ਲਓ ਜਿਹਨੂੰ ਮਰਜ਼ੀ ਆ ਜਿੰਨੇ ਵੱਡੇ ਲੋਕ ਆ ਪਿੱਛੇ ਸਾਰੇ ਸਾਡੇ ਕੋਲ ਕੰਮ ਕਰਾਉਂਦੇ ਸਫਾਈ ਪੂਰੀ ਹਾਂਜੀ ਅਲਾਮਾ ਨਹੀਂ ਨਹੀਂ ਕੋਈ ਅਲਾਮਾ ਨਹੀਂ ਤੇ ਪਿੰਟ ਕੋਟ ਦੀ ਕੀ ਦਵਾਈ ਲੈ ਰਹੇ 500 ਰੁਪਈਆ ਜੀ 500 ਰੁਪਈਆ ਅੱਛਾ ਨਾਲ ਤੀਸਰੀ ਗਲੀ 'ਚ ਆਪਣਾ ਘਰ ਆ ਜੀ ਜੀ ਇਹ ਬੱਚਾ ਤੁਹਾਨੂੰ ਮੇਰੇ ਨਾਮ ਅਲੀ ਮੇਰਾ ਨਾਮ ਹੈ ਜੀ ਜੀ ਤੋ ਮੇਰੇ ਨਾਮ ਤੇ ਤੁਹਾਨੂੰ ਕੱਪੜੇ ਦੇ ਕੇ ਜਾਇਆ ਕਰੇਗਾ ਤੇ ਮੇਰਾ ਵੀਰ ਅੱਛੇ ਤਰੀਕੇ ਨਾਲ ਧੋਇਆ ਕਰੇ ਨਹੀਂ ਭਾਜੀ ਨੇ ਸਾਡਾ ਰਿਕਾਰਡ ਆ ਤੁਹਾਨੂੰ ਅਲਾਮਾ ਨਹੀਂ ਆਏਗਾ ਅੱਲਾ ਦੀ ਮਿਹਰਬਾਨੀ ਨਾਲ ਕੋਈ ਦਾਗ ਦੂਗ ਨਾ ਰਵੇ ਭਾਜੀ ਦਾਗ ਨਹੀਂ ਰਹੇਗਾ ਅੱਲਾ ਦੀ ਮਿਹਰਬਾਨੀ ਨਾਲ ਪੁਰਾਣੇ ਤੋਂ ਪੁਰਾਣਾ ਵੀ ਦਾਗ ਹੋਵੇ ਤੇ ਇਨਸ਼ਾਅੱਲਾ ਅਸੀਂ ਦੂਰ ਕਰ ਦੇਵਾਂਗੇ ਅੱਛਾ ਜੀ ਹਾਂਜੀ ਕੈਮੀਕਲ ਸਾਡੇ ਕੋਲ ਐਸੇ ਐਸੇ ਇਹ ਕਿ ਦਾਗ ਤੁਸੀਂ ਲਾ ਦਿੰਦੇ ਹੋ ਹਾਂਜੀ ਹਾਂਜੀ ਤੇ ਅਗਰ ਮੈਂ ਤੁਹਾਨੂੰ ਅੱਜ 5 ਸੂਟ ਦਿਆਂ ਤੇ ਕਿੰਨੇ ਮਿਲਣਗੇ ਸੂਟ ਮਿਲਣਗੇ ਭਾਜੀ ਅਗਲੇ ਮੰਗਲ ਮਿਲਣਗੇ ਅਗਲੇ ਮੰਗਲ ਆ ਕੇ ਕੋਈ ਸ਼ਾਦੀ ਦਾ ਥੋੜਾ ਜਿਹਾ ਕੰਮ ਹੈਗਾ ਆ ਤੇ ਉਹ ਸਾਰਾ ਬੇਕੋ ਉਹਦੇ ਉਂਜੀ ਪਿਆ ਹੈ ਤੇ ਸ਼ਾਦੀ ਦਾ ਕੰਪਲੈਟਾ ਲੂਟਾ ਵੀ ਲਾਉਨੇ ਨਹੀਂ ਲੈਟਾ ਲੂਟਾ ਭਾਜੀ ਕਿਉਂ ਲਾਉਣੀਆਂ ਅਸੀਂ ਕੱਪੜੇ ਵੀ ਕਰਦੇ ਹਾਂ ਲੈਟਾ ਲੈਟਾ ਹੋਰ ਲਾਉਂਦੇ ਮੈਂ ਕੋ ਸ਼ਾਦੀ ਦਾ ਤੁਸੀਂ ਕਹਿ ਰਹੇ ਨਾ ਨਹੀਂ ਨਹੀਂ ਲੈਟਾ ਅਸੀਂ ਕਿਉਂ ਲਾਉਣੀਆਂ ਭਾਜੀ ਅੱਛਾ ਇਸ ਤਰ੍ਹਾਂ ਮੈਂ ਤੁਹਾਡੇ ਕੋਲ ਸੂਟ ਭੇਜਦਾ ਅੱਛਾ ਠੀਕ ਹੈ ਤੇ ਪੈਸੇ ਤੁਹਾਨੂੰ ਮੈਂ ਐਡਵਾਂਸ ਦੇ ਦਿਆਂਗਾ ਜਦੋਂ ਤੁਸੀਂ ਕੱਪੜੇ ਧੋ ਲਓ ਅੱਛੇ ਤਰੀਕੇ ਨਾਲ ਭਾਜੀ ਤੁਹਾਨੂੰ ਅਲਾਮਾ ਨਹੀਂ ਹੋਏਗਾ ਅੱਲਾ ਦੀ ਮਿਹਰਬਾਨੀ ਨਾਲ ਬਸ ਅਲਾਮਾ ਹੋਣਾ ਵੀ ਨਹੀਂ ਚਾਹੀਦਾ ਨਹੀਂ ਨਹੀਂ ਅਲਾਮਾ ਕੋਈ ਹਾਂ ਮੈਂ ਦੇਖ ਲਾਂਗਾ ਜੇ ਕੱਪੜੇ ਤੁਸੀਂ ਅੱਛੇ ਧੋਤੇ ਤੇ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ ਕਿਉਂਕਿ ਆਪਣੇ ਕੋਈ ਇਹ ਨਹੀਂ ਵੀ ਪੂਰਾ ਪਰ ਤੁਹਾਨੂੰ ਦਿਹਾੜੀ ਦੇ ਅੱਛੇ ਸੂਟ ਆਇਆ ਕਰਨਗੇ ਤੁਹਾਨੂੰ ਆਉਣ ਵਾਸਤੇ ਮਿਹਰਬਾਨੀ ਸਰ ਠੀਕ ਹੈ ਕੋਪ ਆਪਣੇ 10 12 ਘਰ ਆ ਅੱਛਾ ਤੇ ਸਮਝ ਲਓ ਤੁਹਾਡੇ ਗਾਹਕ ਪੱਕੇ ਆ ਇਹ ਪਿੱਛੇ ਰਹਿੰਦੇ ਹਾਂਜੀ ਤੇ ਤੀਸਰੀ ਗਲੀ 'ਚ ਪਹਿਲਾਂ ਕਿਸੇ ਹੋਰ ਜਗ੍ਹਾ ਤੋਂ ਕੰਮ ਕਰਾਉਂਦੇ ਸੀ ਹਾਂਜੀ ਪਹਿਲੇ ਮੈਂ ਕਰਾਉਂਦਾ ਸੀ ਚਨੋੜ ਬਾਜ਼ਾਰ ਭਾਈ ਕਿ ਉੱਥੇ ਕੀ ਕਰਦਾ ਚੜ ਗਿਆ ਸੀ ਉਹ ਨਹੀਂ ਉਹ ਦੂਰ ਪੈਂਦਾ ਸੀ ਭਾਜੀ ਅੱਛਾ ਅੱਛਾ ਮਿਸਾਲ ਅਸੀਂ ਕਿਤੇ ਜਾਣਾ ਹੁੰਦਾ ਸੀ ਵੀ ਇੱਥੋਂ ਭੇਜਣਾ ਭਾਜੀ ਇਦਾਂ ਵੀ ਇਹਨਾਂ ਗਾਹਕ ਜਦੋਂ 1000 ਰੁਪਈਆ ਹੁੰਦਾ ਦੁਕਾਨ ਛੱਡ ਜਾਂਦੇ ਨਹੀਂ ਨਹੀਂ ਇਦਾਂ ਦਾ ਕੰਮ ਨਹੀਂ ਕਰੀਦਾ ਆਪਾਂ ਤੁਹਾਡੀ ਦੁਕਾਨ ਆ ਤੁਸੀਂ ਐਡਵਾਂਸ ਪੈਸੇ ਲੈ ਲਿਓ ਐਸੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਭਾਜੀ ਹਾਂ ਬਸ ਲੇਕਿਨ ਕੋਈ ਦਾਗ ਕੋਈ ਨਾ ਰਵੇ ਭਾਈ ਨਹੀਂ ਦਾਗ ਕੋਈ ਨਹੀਂ ਭਾਜੀ ਰਹਿੰਦਾ ਅੱਛੇ ਤਰੀਕੇ ਨਾਲ ਧੋਣਿਆ ਸੂਟ ਮੈਂ ਕਹਿ ਰਿਹਾ ਤੁਸੀਂ ਪਰੇਸ਼ਾਨ ਨਾ ਹੋ ਤੇ ਭਾਜੀ ਸ਼ੇਰਵਾਨੀ ਦਾ ਕਿੰਨੇ ਪੈਸੇ ਲੈਣੇ 800 ਰੁਪਈਆ ਜੀ ਯਾਰ ਤੂੰ ਇੰਨਾ ਮਹਿੰਗਾ ਕਿਉਂ ਆ 20 ਰੁਪਏ ਦਾ ਸਿਰਫ ਦਾ ਪੈਕਟ ਆ ਜਾਂਦਾ ਤੂੰ 800 ਰੁਪਏ ਲੈਣ ਦਾ ਹੁੰਦਾ ਫੇ 20 ਰੁਪਏ ਦਾ ਭਾਜੀ ਲੈ ਕੇ ਤੁਸੀਂ ਘਰ ਧੋ ਲਓ ਤੇ ਤੁਸੀਂ ਉਹੀ ਗੱਲ ਕਰਨੇ ਗਲਤ ਗੱਲ ਨਾ ਕਰੋ ਤੇ ਵੀ ਤੂੰ ਮਹਿੰਗਾਈ ਇੰਨੀ ਹੈ ਸਾਡੇ ਸਿਰ ਬਿੱਲ ਚੜੇ ਆ ਠੀਕ ਆ ਕਿ ਨਹੀਂ ਉਦੋਂ ਤੁਹਾਨੂੰ ਪਤਾ ਨਹੀਂ ਜਦੋਂ ਅਸੀਂ 22-22 ਹਜ਼ਾਰ ਰੁਪਈਆ 24-24 ਹਜ਼ਾਰ ਬਿੱਲ ਦਿੰਦੇ ਨਹੀਂ ਤੁਸੀਂ ਭਾਜੀ ਦੇਖੋ 800 ਰੁਪਏ ਮੰਗ ਲਿਆ ਤੁਸੀਂ ਕਿਹੜਾ ਘੰਟਾ ਘਰ ਧੋਣਾ ਯਾਰ ਘੰਟਾ ਘਰ ਧੋਨੇ ਆ ਅਸੀਂ ਨਹੀਂ ਵੀ 800 ਰੁਪਏ ਮੰਗੀ ਨਹੀਂ ਅਸੀਂ ਘੰਟਾ ਘਰ ਕਿਉਂ ਧੋਣਾ ਘੰਟਾ ਘਰ ਉਹ ਧੋਣ ਜਿਹਨਾਂ ਨੇ ਬਣਾਇਆ ਹੈ ਕੈਸੀ ਗੱਲ ਕਰੀ ਹੈ ਤੁਹਾਨੂੰ ਕਹਿਣ ਦੇ ਵੀ ਕੱਪੜੇ ਦੇ ਦਿਓ ਅੱਲਾ ਦੀ ਮਿਹਰਬਾਨੀ ਤੁਹਾਨੂੰ ਅਲਾਮਾ ਨਹੀਂ ਆਏਗਾ ਅੱਛਾ ਕੱਛੇ ਦੀ ਤੁਹਾਈ ਕੀ ਲੈਂਦੇ ਕੱਛਾ ਦੇ ਦਿਓ ਧੋ ਦਿਆ ਜਿੱਦਾਂ ਦਾ ਮਰਜ਼ੀ ਹੋਵੇ ਨਹੀਂ ਜਿੱਦਾਂ ਦਾ ਮਰਜ਼ੀ ਕੋ ਹੋਵੇ ਲੌਨ ਦਾ ਹੋਵੇ ਕਾਟਨ ਦਾ ਹੋਵੇ ਜਿਹੜੇ ਚੱਲਦੇ ਉਹ ਧੋ ਦਿਆ ਨਹੀਂ ਹੋਵੇ ਜਿੱਦਾਂ ਦਾ ਮਰਜ਼ੀ ਨਹੀਂ ਯਾਰ ਜਿੱਦਾਂ ਦਾ ਮਰਜ਼ੀ ਕਿਉਂ ਹੋਵੇ ਮੇਰੇ ਮਤਲਬ ਰੰਗ ਕਾਲਾ ਨੀਲਾ ਪੀਲਾ ਆ ਧੋ ਦਿਆਂਗੇ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਹਾਂ ਹਰ ਕਿਸਮ ਦਾ ਦਾਗ ਸਾਫ਼ ਕਰ ਦਿੰਦੇ ਹੋ ਹਾਂ ਪੱਕੀ ਗੱਲ ਪੱਕੀ ਗੱਲ ਆ ਭਾਈ ਬਸ ਠੀਕ ਆ ਭਾਈ ਜੀ ਫਿਰ ਉਹ ਸਾਡੇ ਨਾਲ ਲੈਟਰਿੰਗ 'ਚ ਬਹੁਤ ਦਾਗ ਲੱਗੇ ਬੱਚਿਆਂ ਨੇ ਬਹੁਤ ਰੰਗੀਨ ਕੀਤਾ ਕੰਮ ਉਹ ਵੀ ਤੁਸੀਂ ਦਾ ਲਾ ਦਿਓ ਯਾਰ ਤੂੰ ਗੱਲ ਕੋ ਕਰਨ ਵਾਲੀ ਕਰਗਾ ਹੈ ਲੈਟਰਿੰਗ ਦੇ ਦਾਗ ਅਸੀਂ ਲਾਉਂਦੇ ਆ ਅਸੀਂ ਕੱਪੜਿਆਂ ਦੇ ਲਾਉਂਦੇ ਕਿ ਲੈਟਰਿੰਗਾਂ ਦੇ ਦਾਗ ਲਾਉਣ ਦੇ ਭਾਈ ਤੁਸੀਂ ਦਾਗ ਹੀ ਇਹ ਗੱਲ ਤੂੰ ਪੜਿਆ ਲਿਖਿਆ ਬੰਦਾ ਹੈ ਤੂੰ ਗਲਤ ਗੱਲ ਕਰੀ ਜਾਣ ਦਿਆ ਯਾਰ
ਵੇੜਾ ਧੋਣਾ ਹੈ ਐਡਾ ਕਿਤੇ ਉਹ ਭੰਜ ਘਰ ਇਹਨੂੰ ਤੈਨੂੰ ਉਲਟੀਆਂ ਨਾਲ ਭਰਿਆ ਪਿਆ ਵਾ ਧੋਦੀ ਉਲਟੀਆਂ ਨਾਲ ਉਹਨਾਂ ਨੂੰ ਕਹਿ ਯਾਰ ਵੇੜਾ ਔਰਤਾਂ ਧੋਦੀਆਂ ਉਹੀ ਕਿ ਅਸੀਂ ਧੋਣਾ ਹੈ ਤੂੰ ਆ ਵੇੜਾ ਧੋ ਲੈ ਤੇਰੇ ਹੱਥ ਨਹੀਂ ਹੈਗੇ ਉਸ ਵਿੱਚ ਭੰਜ ਆ ਛੋਟੇ ਛੋਟੇ ਲੈ ਭੰਜ ਤੇ ਉਹਨਾਂ ਨੂੰ ਕਹਿ ਜਾ ਕੇ ਜਿਹੜੇ ਉਲਟੀਆਂ ਕਰਦੇ ਆ ਅੱਛਾ ਵੇੜੇ ਤੋਂ ਫ੍ਰੀ ਹੋ ਕੇ ਨਾ ਉਹਨਾਂ ਦੇ ਪੈਂਪਰ ਬਹੁਤ ਗੰਦੇ ਉਹ ਵੀ ਤੂੰ ਹੀ ਧੋਦੀ ਜਾ ਕੰਮ ਕਰ ਜਾ ਕੇ ਪੈਂਪਰ ਉਹਨਾਂ ਦੀ ਮਾਂ ਨੂੰ ਕਹਿ ਜਾ ਕੇ ਧੋਣ ਟੁੰਡੀ ਆ ਉਹ मेरी गल सुन सूट धोंदे कितनी देर हो गई है तेनू सानू भाजी 15 साल हो गए अच्छा साडे बच्चे आ दो उहनां दे सिर च खुशकी बहुत है शैंपू पा के सिर भी धोदी उहनां दे यार तू कादे दिमाग खाई जांदा भाई तेरी मेहरबानी है असी को धोईए तेरा धोई का काम नहीं ओ यार धोई असी सिर धोने सिर आला को जाके सिर धोआ यार तू पैसे लेनी की पैसे लेने पैसे असी एदे लेते कादे पैसे लेना तू गल करने है तू बहुती मेरी चाह उधर फड़ाती नहीं तेरी क्यों चाह तू उधर बड़ा पिंडियो टाइम लैके आया तू उधर हिनो लैके आया तेनू चाह मेरी नहीं सी ते तेरी जुबान ही नहीं हैगी तेरी भाई जुबान है पढ़िया लिखिया बंदा आया ਗੱਲਾਂ ਕਰਨ ਨੇ ਆ ਨਹੀਂ ਭਾਜੀ ਤੁਸੀਂ ਨਾਰਾਜ਼ ਕਰ ਲਈ ਹੋ ਨਹੀਂ ਨਾਰਾਜ਼ ਤੂੰ ਕਰੀ ਕਹਿੰਦਾ ਵਿੜਾ ਧੋ ਰੇ ਸਾਡਾ ਵਾਸ਼ਰੂਮ ਧੋ ਦੇ ਪੈਂਪਰ ਧੋ ਦੇ ਅਸੀਂ ਪੈਂਪਰ ਧੋਣ ਵਾਲੇ ਅੱਛਾ ਭਰਾ ਨਾ ਪੈਂਪਰ ਧੋ ਗਲੀ ਧੋ ਦੇ ਉਹ ਵੀ ਬਹੁਤ ਗੰਦੀ ਹੋਈ ਉਹ ਭਾਈ ਗਲੀ ਨਹੀਂ ਅਸੀਂ ਧੋਨੇ ਅਸੀਂ ਕੱਪੜੇ ਧੋਨੇ ਆ ਕੱਪੜੇ ਵੀਰ ਮੇਰੇ ਆ ਅੱਛਾ ਕੱਪੜੇ ਧੋਨੇ ਆਹੋ ਅੱਛਾ ਦਾਗ ਵੀ ਲਾ ਦਿੰਦੇ ਤੈਨੂੰ ਪਹਿਲਾਂ ਕੀ ਕਿਹਾ ਸੀ ਅਸੀਂ ਅੱਛਾ ਅੱਛਾ ਲਾ ਦਿੰਦੇ ਦਾਗ ਆਹੋ ਅੱਛਾ ਮੇਰਾ ਤਾਇਆ ਪਾਨ ਖਾਂਦਾ ਉਹਦੇ ਦੰਦਾਂ ਤੇ ਬਹੁਤ ਦਾਗ ਉਹ ਵੀ ਤੂੰ ਧੋਨੇ ਉਹ ਸਾਫ਼ ਕਰਨੇ ਆ ਉਹ ਦੰਦਾਂ ਵਾਲੇ ਡਾਕਟਰ ਕੋ ਜਾ ਹੁਣ ਮੈਂ ਤੇਰੇ ਤਾਏ ਦੇ ਮੂੰਹ 'ਚ ਝਾੜੂ ਮਾਰਦਾ ਚੰਗਾ ਲੱਗਦਾ ਹੈ ਕਿਹੜਾ ਕੈਮੀਕਲ ਮੈਂ ਤੇਰੇ ਤਾਏ ਦੇ ਮੂੰਹ 'ਚ ਪਾਰ ਮਾਗਲਾ ਫੁੜਕ ਜਾਵੇ ਉੱਤੇ ਮੇਰੇ ਤੇ ਲਾਸ਼ ਪੈ ਜਾਵੇ ਆਹੋ ਉਹਨੂੰ ਜਾ ਕੇ ਦੰਦਾਂ ਵਾਲੇ ਡਾਕਟਰ ਦੇ ਲਿਜਾ ਨਹੀਂ ਨਹੀਂ ਤੂੰ ਦਾਗ ਤੇ ਨਹੀਂ ਨਾ ਉਹ ਦਾਗ ਕੈਮੀਕਲ ਆ ਮੂੰਹ ਪਾੜ ਦੇਣਾ ਤੇਰੇ ਤੇਰੇ ਤਾਏ ਦਾ ਕਿਉਂ ਪਾੜ ਦੇਣਾ ਸਿਆਣਾ ਜਿਹਾ ਇਹਨਾਂ ਦਾ ਮੂੰਹ ਲੈ ਕੇ ਫਿਰੇਗਾ ਉਹ ਚੰਗਾ ਭਲਾ ਸਮਝਦਾਰ ਆਦਮੀ ਹੈ ਤੂੰ ਆ ਕੀ ਗੱਲ ਹੋ ਗਈ ਇਹੀ 7 ਦਫਾ ਕਰ ਦਿੱਤਾ ਕੀ ਗੱਲ ਭਾਜੀ 7 ਦਫਾ ਨਹੀਂ ਕਰ ਦਿੱਤਾ ਹੈਗਾ ਹੋਰ ਗਾਹਕ ਨਹੀਂ ਆ ਵੇ ਆ ਵੇਖੋ ਸੂਟ ਆਹੋ ਬੇੜਾ ਗਰਕ ਕਰ ਲੱਗਦਾ ਨਾ ਆ ਵੇਖੋ ਇਹ ਗੱਲ ਆ ਦੇ ਨਾ ਮਾਸ਼ਾਅੱਲਾ ਇਸਤਰੀ ਫੇਰੀ ਸਾਰੇ ਵਟ ਉਦਾਂ ਸਾਰੇ ਵਟ ਕਿੱਥੇ ਆ ਤੇਰੇ ਅੰਦਰਲੇ ਵਟ ਆ ਜਿਹੜੇ ਬਾਹਰ ਆਉਣ ਡਏ ਆ ਨਹੀਂ ਇਹ ਇਸਤਰੀ ਦੀ ਦਾਗ ਪਾਣੀ ਦੀ ਬਾਲਟੀ ਸਿੱਟੀ ਆ ਠੰਡੀ ਪਈ ਆ ਆ ਉਦਾਂ ਹੀ ਆ ਦੇਖ ਲੈ ਓ ਤੈਨੂੰ ਆ ਗਰਮ ਲੱਗਣ ਨਹੀਂ ਲਈ ਹੋਰ ਤੈਨੂੰ ਮੈਂ ਮੂੰਹ ਤੇ ਲਾਵਾਂ ਤਾਂ ਪਤਾ ਲੱਗੇਗਾ ਆ ਬਹੁਤ ਗਰਮ ਓਹ ਹੋ ਛਾਲੇ ਪੈ ਗਏ ਮੇਰੇ ਲੈ ਛਾਲੇ ਪੈ ਗਏ ਛਾਲੇ ਪੈਂਦੇ ਹੁੰਦੇ ਆ ਜਿਹੜੇ ਕੱਪੜੇ ਇਸਤਰੀ ਕਰਾਉਣ ਦੇ ਨਾਲ ਛਾਲੇ ਵੀ ਲੈ ਕੇ ਜਾਂਦੇ ਨਹੀਂ ਇਸਤਰੀ ਗਰਮੀ ਵਾਲੀ ਲਈ ਫਿਰਦਾ ਠੰਡੀ ਆ ਗੱਲਾਂ ਕਰਨ ਦੇ ਆ ਤੂੰ ਲੱਗਦਾ ਤੂੰ ਬਿੱਲ ਨਹੀਂ ਭਰਾਇਆ ਬਿਜਲੀ ਦਾ ਆ ਜਾ ਯਾਰ ਕੰਮ ਕਰ ਜਾ ਕੇ ਤੇਰੀ ਮਿਹਰਬਾਨੀ ਦਿਮਾਗ ਨਾ ਖਾ ਮੇਰਾ ਇਹਨੂੰ ਹੀ ਫੋਲੀ ਜਾਂਦਾ ਕੀ ਗੱਲ ਜੇਬ 'ਚ ਕੋ ਪੈਸਾ ਤਾਂ ਲੱਗਿਆ ਤੁਸੀਂ ਵੇਖੋ ਖਾ ਲੈ ਸਿਰਫ ਤੁਸੀਂ ਇੰਨੀ ਗੱਲ ਦੱਸੋ ਕੱਪੜੇ 'ਚ ਜਾਨ ਪੈ ਜਾਂਦੀ ਹੈ ਹਾਂਜੀ ਮੈਂ ਕਹਿੰਦਾ ਜਾਨ ਪੈ ਗਈ ਕੱਪੜਾ ਬੋਲਣ ਲੱਗ ਗਿਆ ਯਾਰ ਛੱਡ ਇੱਥੇ ਅਵੀ ਗੱਲਾਂ ਕਰਨੇ ਆ ਇਹਦਾ ਕਿਸੇ ਨੇ ਲੋਟਾ ਨਹੀਂ ਦੇਣਾ ਇਸ ਸੂਟ ਦਾ ਕਿਹਦਾ ਕਰਦਾ ਲੋਟਾ ਅਸੀਂ ਲੋਟਾ ਯਾਰ ਅਸੀਂ ਭਾਂਡੇ ਲੈ ਲੈਣੇ ਆ ਸੂਟਾਂ ਦੇ ਗਾਗਾ ਦੇ ਸੂਟ ਆ ਗਾਗਾ ਦੇ ਸੂਟ ਤੇਰੀ ਗੁਰਬਤ ਨਹੀਂ ਦੇਣ ਚ ਜਾਣ ਲਈ ਉਹਦਾ ਤੂੰ ਬੜਾ ਅਮੀਰ ਬਣ ਕੇ ਆਇਆ ਤੈਨੂੰ ਇਹ ਵੀ ਪਤਾ ਵੀ ਭਾਂਡੇ ਲਈਦੇ ਸੂਟਾਂ ਤੋਂ ਤਿੰਨ ਗੱਡੀਆਂ ਆ ਉਹਨਾਂ ਦੇ ਥੱਲੇ ਆ ਜਾ ਕੇ ਪਤਾ ਲੱਗੇ ਤੈਨੂੰ ਤਿੰਨ ਗੱਡੀਆਂ ਆ ਕਦੇ ਐਵੇਂ ਹੀ ਨਹੀਂ ਹੈਗੇ ਗੱਲਾਂ ਕਰਨ ਦੇ ਆ 40 ਮਰਲੇ ਦੀ ਕੋਠੀ ਆ ਉਹ 40 ਮਰਲੇ ਦੀ ਕੋਠੀ ਆ ਤੇ ਉਹਨੂੰ ਤੂੰ ਆਉਣ ਦਾ ਵੀ ਸੋਚ ਲਾ ਮੈਂ ਇਸੇ ਵੀ ਤਾਂ ਤੇਰੇ ਕੋ ਆਇਆ ਲੈ ਅਸੀਂ ਕੱਪੜੇ ਧੋਨੇ ਆ ਤੂੰ ਤੇ ਕੱਪੜਾ ਲਵੇਟ ਕੇ ਧੋਦੀ ਯਾਰ ਤੇਰੀ ਗੱਲ ਸਮਝ ਚ ਨਹੀਂ ਆਉਂਦੀ ਅਸੀਂ ਕੀ ਕੰਮ ਕਰਦੇ ਯਾਰ ਤੇਰਾ ਨਾਂ ਸੁਣ ਕੇ ਆਇਆ ਮੈਂ ਵੀ ਦਾਗ ਬਹੁਤ ਅੱਛੇ ਲਾਉਂਦਾ ਅੱਛਾ ਕੰਬਲ ਦੇ ਕਿੰਨੇ ਪੈਸੇ ਦੱਸੇ ਸੀ ਕੰਬਲ ਦਾ ਅਸੀਂ ਲੈਨੇ ਆ 800 ਰੁਪਈਆ ਮੈਂ ਦੇਣਾ ਉਹਦਾ 150 ਤੂੰ ਕਹਿੰਦਾ 150 ਦੇਣਾ ਇੱਕ ਸਾਈਡ ਧੋਣੀ ਆ ਆ ਵੀ ਅੱਧਾ ਕੰਬਲ ਧੋਣਾ ਨਹੀਂ ਅਸੀਂ ਰਾਤ ਨਹੀਂ ਕਰਾਉਣੀ ਰਾਤ ਕਰ ਵਿੱਚ ਹੁੰਦੀ ਆ ਵੀ ਇਹਦੇ ਵਿੱਚ ਹੱਦ ਹੋ ਗਈ ਆ ਵੀ ਤੇਰੀ ਤੇ ਸੂਟ ਦੇ ਇਸਤਰੀ ਦਾ ਕੀ ਲੈਣਾ ਸਿਰਫ ਇਸਤਰੀ ਕੱਲੀ ਇਸਤਰੀ ਭਾਜੀ 50 ਰੁਪਈਏ ਮੈਂ ਉਹਦੇ 30 ਰੁਪਏ ਦੇਣੇ ਤੂੰ 30 ਕੱਲ ਦੇਣੇ ਆ ਯਾਰ ਬਸ ਤੂੰ ਦੀ ਇੱਕ ਲੱਤ ਕਰਦੀ ਉਹ ਇੱਕ ਲੱਤ ਨਹੀਂ ਹੁੰਦੀ ਹੁੰਦੀ ਭਾਈ ਪੂਰਾ ਹੁੰਦਾ ਹੁੰਦਾ ਉਹ ਤੇ ਦੇਖੋ ਨਾ ਇਹ ਅੱਛੇ ਅੱਛੇ ਕਾਰੀਗਰ ਦੀ ਨਿਸ਼ਾਨੀ ਹੁੰਦੀ ਵੀ ਤੁਹਾਡੇ ਜ਼ਿਹਨ ਚ ਆਵੇ ਵੀ ਨਹੀਂ ਯਾਰ ਮੈਂ ਦੂਜਾ ਵੀ ਕਰਨਾ ਲਾਜ਼ਮੀ ਮੈਨੂੰ ਲੱਗਦਾ ਫੋਨ ਵੀ ਆ ਗਿਆ ਬੱਚਿਆਂ ਦਾ ਆ ਬੇਟਾ ਮੈਂ ਤੁਹਾਡੇ ਚਾਚੇ ਕੋ ਖੜਾ ਹਾਂ ਬਹੁਤ ਬੜਾ ਜੋ ਘਟ ਕਰਾਈ ਜਾਣ ਦੇ ਆ ਹਾਂ ਬਹੁਤ ਬਸ ਵੈਸੇ ਹੀ ਉਹਨਾਂ ਦੀ ਤਬੀਅਤ ਜ਼ਰਾ ਚਾਚੂ ਦੀ ਤਾਂ ਡਿਸਟਰਬ ਹੋਈ ਹੈ ਮੈਂ ਡਿਸਟਰਬ ਤੇਰੀ ਹੋਵੇ ਮੇਰੀ ਕੋ ਹੋਵੇ ਤਬੀਅਤ ਨਹੀਂ ਪੁੱਤ ਕੱਛੂ ਕੁਮੇਰ ਦਾ ਮੂੰਹ ਨਹੀਂ ਵੈਸੇ ਇਦਾਂ ਦਾ ਬਣਾਇਆ ਕੱਛੂ ਕੁਮਾ ਤੇਰਾ ਇਹ ਲੜਗਾ ਹੋਏਗਾ ਤੇਰਾ ਹੋਏਗਾ ਮੂੰਹ ਇੰਜ ਦਾ ਤੇਰਾ ਫਿਫੜੇ ਵਰਗਾ ਮੂੰਹ ਹੋਏਗਾ ਨਹੀਂ ਨਹੀਂ ਬੇਟਾ ਮੈਨੂੰ ਨਹੀਂ ਕਹਿ ਰਹੇ ਤੈਨੂੰ ਕਿਉਂ ਕਹਿ ਰਿਹਾ ਤੂੰ ਐਡਾ ਪ੍ਰਵੇਸ਼ ਲਾਈ ਜੀ ਬੇਟਾ ਉਹ ਨਹੀਂ ਨਹੀਂ ਬੱਚੇ ਕਹਿ ਰਹੇ ਚਾਚੂ ਦਾ ਮੂੰਹ ਕੂਲਰ ਵਰਗਾ ਲੱਗਦਾ ਹਾਂ ਤੇ ਚਾਚੂ ਦਾ ਇਹਦਾ ਆਪਣੇ ਪਿਓ ਦਾ ਹੀ ਵੇਖ ਲੈ ਕਿਹਦਾ ਗਲੇ ਵਰਗਾ ਮੂੰਹ ਹੈ ਇਹਦਾ ਉਹ ਫੋਨ ਤੇ ਬੰਦ ਆ ਹਾਂ ਹਾਲੋ ਗੱਲਾਂ ਕਰਨੇ ਆ ਬੱਚੇ ਸਮਝ ਕੇ ਮੈਂ ਤੁਹਾਡੇ ਕੋਲ ਭੇਜ ਰਿਹਾ ਬੱਚੇ
बच्चे भेज आप ना भी तेरी मेहरबानी। अच्छा तुसी पता की करना वा की करना भला की करना? बस तुसी अच्छे तरीके ना कपड़े इस्त्री कर देने ठीक हो गया। अच्छा ते कंबल जेड़ा अच्छे तरीके ना धो देना और जेड़ा मेरा कच्छा ना उत्ते तुसी तेरा ध्यान ना साबण लाउणा। ओनू की होया कच्छे? ओनू तेरा दाग अजीब जे लगे। ਉਹ ਕੱਚਾ ਰਹਿੰਦੇ ਅਸੀਂ ਕੱਚਾ ਨਹੀਂ ਧੋਂਦੇ। ਕੀ ਗੱਲ ਹੋਈ? ਨਹੀਂ ਧੋਂਦੇ ਅਸੀਂ ਕੱਚਾ। ਕਿਉਂ ਨਹੀਂ ਧੋਂਦੇ ਕੱਚਾ? ਤੈਨੂੰ ਚੱਕਰ ਆਏ ਨੇ ਕੱਚਾ ਧੋਣ ਲੱਗੇ। ਉਹ ਯਾਰ ਕਿਤੇ ਹੋਰ ਜਗ੍ਹਾ ਕੰਮ ਕਰਵਾ ਲਾ ਭਾਈ, ਕਰੀ ਤੂੰ ਕਹਿੰਦਾ ਮੇਰਾ ਵਿਹੜਾ ਧੋ ਦਿਓ, ਕਰੀ ਕਹਿੰਦਾ ਮੇਰਾ ਫਲੈਸ਼ ਧੋ ਦਿਓ। ਅਸੀਂ ਕੱਪੜੇ ਧੋਂਦੇ ਜਾਂ ਵਿਹੜੇ ਧੋਂਦੇ? ਯਾਰ ਤੂੰ ਫਲੈਸ਼ ਤੋਂ ਕੱਲ ਹੀ ਐਵੇਂ ਕਿੜ ਖਾਂਦਾ। ਹਾਂ ਤੈਨੂੰ ਤਜ਼ਾ ਤੂੰ ਕਰੀ ਜਾਣ ਡਿਆ ਆ, ਤੇਰੇ ਮੂੰਹ ਵੱਲ ਵੇਖੀ ਜਾਣ ਡਿਆ ਆ, ਜਾ ਕੰਮ ਕਰ ਜਾ ਕੇ। ਅੱਛਾ ਮੇਰੀ ਗੱਲ ਸੁਣ, ਇਹ ਤੁਸੀਂ ਗੁੱਸਾ ਕਰਕੇ ਮੇਰੀ ਗੱਲ ਦਾ ਗੁੱਸਾ ਕਰ ਗਏ? ਤੁਸੀਂ ਜਦੋਂ ਲੈਟਰਨ ਤੋੜੀ ਮੈਂ ਤੈਨੂੰ ਅੱਛਾ ਤਜ਼ਾਬ ਲੈ ਦਾਂਗਾ। ਨਹੀਂ ਤਜ਼ਾਬ ਆਪਣੇ ਤੇ ਪਾ ਕੇ ਅੱਗ ਲਾ, ਆਪਣੇ ਤੇ ਪੈਟਰੋਲ ਪਾ, ਮੈਨੂੰ ਤੂੰ ਤਜ਼ਾਬ ਕਿਉਂ ਲਿਆ ਕੇ ਦਵੇਂ? ਨਹੀਂ ਉਹ ਸਫਾਈ ਨਹੀਂ ਕਰਨੀ ਦਾਗ। ਜਾ ਯਾਰ ਕੰਮ ਕਰਦੇ, ਸਾਡਾ ਕੰਮ ਡਿਆ ਆ, ਤੂੰ ਵਿੱਚ ਅਜੀਬ ਜਿਹਾ ਸਵਾਲ ਕਰੀ ਜਾਂਦਾ। ਮੈਂ ਤੇਰੇ ਕੋਲ ਤਾਂ ਆਇਆ, ਤੂੰ ਕਹਿੰਦਾ ਮੈਂ ਦਾਗ ਲਾ ਦੇਣਾ, ਬੱਚੇ ਨੇ ਹਰਕਤ ਬਹੁਤ ਸਖਤ ਕੀਤੀ ਆ ਤੇ ਤੇਰਾ ਨਾਮ ਆ ਇਸ ਇਲਾਕੇ। ਠੀਕ ਆ ਕੰਮ ਕਰ ਜਾ ਕੇ। ਆ ਲੈ ਫੇ ਫੋਨ ਆ ਗਏ, ਫੋਨ ਆ ਗਿਆ ਆ ਜੀ ਬੇਟਾ। छोटा थरमोस हों फरौन दी कुत्ती वर्गा मूह आ। हां जी ओ कहंदा सुती पई आ। हां जी हां सुती पई आ, ठाल इहनू कह मरनी नू कम करे उठ के। जी 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 बेटा। हाँ वेरी गुड। हाँ ओही अंकल जेड़े जनरेटर लग गए। हाँ तेरा प्यो खबी जे काफर पाया हुंदा। हाँ जी हाँ जी हाँ जी ओके 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 हैं। वो कहंदा अंकल आई दा नुकर च लंडे नू अग लाई। हाँ तेरा मुंह भी, तेरा प्यो भी इंदा लूडो दा टू शॉट होया हुंदा। हाँ जी वो कहंदे टू टाइम मैं। हाँ वेरी गुड। अच्छा ओके बेटे ओके। नहीं बच्चे ना करन डे आया। ओके ओके बेटे हैं। ओके 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 अंकल कह रहे ओके बेटे ओके। और बच्चे कह रहे अंकल ने दूर की गद्दी अर्गा सेर। हाँ तेरे प्यो का मूह पेट के मोटरसाइकिल चलाया होंगे। ओके बेटे बच्चे बंद कर गए। बच्चे बंद करने हैं, उन्होंने पता प्यो की होन डई है। नहीं तो बच्चे बहुत मुतासर हो। हाँ मुतासर ही होना है। तो इस्तरी मसाल शाम को करनी है? इस्तरी तू जाएगा तो मैं करा जा हूँ। वैसे मैं अच्छे इतें ही हाँ। और यार जा धक्का तो दिमाग खाई जा रहा भाई, तू तेरी मेहरबानी है जा कम कर जाके। ਉਹ ਕੰਮ ਤੂੰ ਕਰ, ਮੈਂ ਤਾਂ ਤੇਰੇ ਕੋਲ ਕੰਮ ਕਰਨਾ। ਗੱਲਾਂ ਕਰੀ ਜਾਣ ਡਿਆ ਆ ਤੇ ਗੱਲਾਂ ਕਰਨ ਲਈ ਹੁੰਦੀ ਆ। ਕੀ ਕੱਪੜੇ ਕੀ ਧੋਣਾ ਆ? ਹਾਂ ਆਹ ਗੱਲ ਦੱਸ। ਆਹੋ ਦੇ ਹਾਂ ਉਹ ਛੱਤ ਧਵਾਉਣੀ ਆ। ਛੱਤ ਕਾਹਦੇ ਧਵਾਉਣੀ ਆ ਯਾਰ? ਬੱਸ ਦੀ ਛੱਤ ਆ ਉਹ। ਨਹੀਂ ਤੇ ਤੂੰ ਆ ਵੀ ਬੱਸ ਦੀ ਛੱਤ ਆ ਉਹ ਧੋਣਾ ਆ, ਉਹਨੂੰ ਸ਼ੀਸ਼ੇ ਆ ਉੱਤੇ। ਜਾ ਕੰਮ ਕਰ ਜਾ ਕੇ। ਜਾ ਕੇ ਮੈਂ ਜਾਵਾਂ ਫੇ? ਆ ਜਾ ਤੇ ਛੱਤ ਧੋ ਦੇਗਾ। ਛੱਤ ਕਾਹਦੇ ਧੋਵਾਂ ਮੈਂ ਯਾਰ? ਮੈਂ ਰਹਿਣਾ ਉੱਥੇ, ਮੈਂ ਕਬੂਤਰ ਰੱਖੜੇ ਉੱਤੇ। ਤਸੱਲੀ ਨਾਲ ਤਾਂ ਗੱਲ ਕਰ। ਗਾਹਕ ਨਾਲ ਤੂੰ ਅਜੀਬ ਜਿਹਾ ਸਵਾਲ ਕਰੀ ਜਾਂਦਾ ਯਾਰ। ਗਾਹਕ ਤੇਰੇ ਕੋਲ ਚੱਲ ਕੇ ਆਇਆ? ਆਹਿਸਤਾ ਗੱਲ ਚੱਲ ਕੇ ਆਇਆ, ਵਿਸਾਖੀਆਂ ਨਾਲ ਆਇਆ ਗਾਹਕ। ਪਤਾ ਨਹੀਂ ਕਿੱਦੋਂ ਖੱਜਲ ਹੁੰਦਾ ਗਾਹਕ ਆ ਗਿਆ। ਮੈਂ ਕਿਤੇ ਦੂਸਰੀ ਮੰਜ਼ਿਲ ਤੇ ਬੈਠਾ। ਖਾ 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 ਰੌਲੀ ਪਾਈ। ਯਾਰ ਤੇਰੀ ਮਿਹਰਬਾਨੀ ਦਿਮਾਗ ਨਾ ਖਾ। ਚੱਲ ਠੀਕ ਆ ਮੈਂ ਚੱਲਾਂ ਵਾਂ, ਤੇ ਜ਼ਿਹਨ 'ਚ ਇਹ ਰੱਖੀ ਕੰਬਲ ਨੂੰ ਦਾਗ ਕੋਈ ਨਾ ਰਵੇ। ਨਹੀਂ ਰਹਿੰਦਾ। ਕੱਛੇ ਨੂੰ ਦਾਗ ਕੋਈ ਨਾ ਰਵੇ। ਕੱਛਾ ਨਹੀਂ ਅਸੀਂ ਧੋਣੇ। ਸਲਵਾਰ ਕਮੀਜ਼ ਨੂੰ ਦਾਗ ਕੋਈ ਨਾ ਰਵੇ। ਨਹੀਂ ਉਹਨਾਂ ਨੂੰ ਨਹੀਂ ਰਹੇਗਾ। ਪ੍ਰੈਸ ਵੱਟ ਇੱਕ ਨਾ ਰਵੇ। ਇੱਕ ਨਹੀਂ ਰਹੇਗਾ। ਤੇ ਲੈਟਰੀਨ ਤੇਜ਼ਾਬ ਅੱਛਾ ਮਾਰੀ ਤੇਰੇ। ਮੈਂ ਛੱਡ ਮਾਰਾਂ ਤੇਜ਼ਾਬ ਮਾਰਾਂ ਇੱਥੋਂ ਚੁੱਕ ਕੇ ਤੇਰੇ ਮੂੰਹ ਦੇ ਵਜੇ, ਤੇਰਾ ਮੂੰਹ ਚਿੱਟਾ ਕਰ ਦਊਂ। ਸੁਣ ਲੈ ਗੱਲ, ਅੱਜ ਤੂੰ ਇੱਥੇ ਲੈਟਰੀਨ ਦੇ ਦਾਗ ਲਾਏਂਗਾ, ਮੈਂ ਤੇਰਾ ਨਾਮ ਬਣਾ ਦਿਆਂਗਾ। ਨਹੀਂ ਮੇਰਾ ਨਾ ਨਾ, ਤੂੰ ਆਪਣਾ ਹੀ ਮੂੰਹ ਫੇਰ ਲੈਟਰੀਨ 'ਚ ਜਾ ਕੇ ਪਹਿਲਾਂ ਫੇਰ ਕੱਟ ਕੇ ਦਾਗ ਲਾ ਜਾ ਕੇ। ਆ ਗਿਆ ਫੋਨ, ਆ ਗਿਆ ਜੀ ਬੇਟਾ। ਹਾਂਜੀ ਹਾਂਜੀ ਬਿਲਕੁਲ ਉਸੇ ਅੰਕਲ ਕੋਲ, ਇਹਨਾਂ ਦਾ ਢਿੱਡ ਅਰਗਾ ਮੂੰਹ ਆ। ਹਾਂ ਤੇਰੇ ਪਿਓ ਦਾ ਵੀ ਤੰਦੂਰ 'ਚ ਇਸ਼ਤਿਹਾਰ ਲਾਇਆ ਹੁੰਦਾ। ਜੀ 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 ਬੇਟਾ। ਹਾਂਜੀ ਹਾਂਜੀ ਛੋਟੀ ਮੋਟਰ ਅਰਗਾ ਮੂੰਹ ਹੈ ਮੈਂ ਕਹਿ ਦਿੰਦਾ। ਤੇਰੇ ਪਿਓ ਦਾ ਵੀ ਕੋਠੇ ਤੇ ਬਾਂਦਰ ਬੰਨਿਆ ਹੁੰਦਾ। ਹਾਂਜੀ ਜੀ ਬੇਟੇ, ਕਹਿੰਦੇ ਬੰਦ ਗਲੀ 'ਚ ਮੈਂ ਫਿਰ ਰਿਹਾ। ਅੰਕਲ ਦਾ ਗੁੱਸਾ ਨਹੀਂ ਕਰਨਾ ਬੇਟੇ। ਓਕੇ 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 ਹੈਂ। ਕਹਿੰਦਾ ਅੰਕਲ ਦਾ ਮੂੰਹ 2.25 ਲੀਟਰ ਵਾਲੀ ਬੋਤਲ ਹੁੰਦੀ। ਹਾਂ ਤੇਰੇ ਪਿਓ ਦਾ ਮੂੰਹ ਵੀ ਇੰਜਾ ਜਿਵੇਂ ਫਰੌਨ ਦਾ ਸੈਂਡਲ ਹੁੰਦਾ। ਉਹ ਬੇਟੇ ਹਾਂਜੀ ਕਹਿੰਦੇ ਫਰੌਨ ਤਰਾਉਣ ਲਈ ਲਿਜਾਵਾਂਗੇ ਤੁਹਾਨੂੰ। ਇਹ ਕਹਿ ਰਹੇ ਫਰੌਨ ਤਰਾਉਣ ਨੂੰ ਲੈ ਕੇ ਜੇ ਕੁੱਤਾ ਆਇਆ ਇਹ ਫਰੌਨ ਤਰਾਉਣ ਲੈ ਕੇ ਜਾਣਾ ਵੀ ਇਹਨੂੰ ਪੈਲੀਆਂ 'ਚ ਛੱਡਣਾ ਕਿਤੇ। ਜੀ ਬੇਟੇ ਓਕੇ ਓਕੇ ਓਕੇ। ਕਹਿੰਦੇ ਅੰਕਲ ਦਾ ਮੂੰਹ ਬੜਾ ਪੈਸ ਰਿਹਾ ਇਰਗਾ। ਤੇਰੇ ਪਿਓ ਦਾ ਮੂੰਹ ਵੀ ਅਡਿਆਲਾ ਜਿਹੜਾ ਜੰਦਰਾ ਲੱਗਣ ਡਿਆ ਆ। ਓਕੇ ਬੇਟੇ ਦੁਬਾਰਾ ਗੱਲ ਕਰਦਾ। ਆ ਬੱਚੇ ਤੁਹਾਡੇ ਤੋਂ ਬਹੁਤ ਖੁਸ਼ ਨੇ। ਮੈਂ ਵੀ ਇਹਨੇ ਤੋਂ ਬੜਾ ਖੁਸ਼ ਆ। ਯਕੀਨ ਕਰੋ ਬਹੁਤ ਖੁਸ਼ ਨੇ। ਹਾਂ ਮੈਂ ਵੀ ਬੜਾ ਖੁਸ਼। ਅੱਛਾ ਮੇਰੀ ਗੱਲ ਸੁਣੋ, ਤੁਸੀਂ ਵਿਹੜਾ ਧੋ ਲੈਂਦੇ ਹੋ, ਅੱਠਾਂ ਉਲਟੀਆਂ ਦੇ ਕਿੰਨੇ ਪੈਸੇ ਲਾਉਂਗੇ ਵਿਹੜੇ 'ਚੋਂ ਇਕੱਠੀਆਂ? ਮੈਂ ਸਿੱਧੀਆਂ ਦੇ ਵੀ ਨਹੀਂ ਲੈਂਦਾ, ਤੂੰ ਉਲਟੀਆਂ ਦੇ ਕਈ ਜਾਣ ਡਿਆ। ਮੇਰੀ ਗੱਲ ਸੁਣ ਲਓ, ਅੱਜ ਤੁਸੀਂ ਵਿਹੜੇ 'ਚ ਉਲਟੀਆਂ ਧੋਵੋਗੇ ਉਹਦਾ ਤੁਹਾਨੂੰ ਫਾਇਦਾ ਬਹੁਤ। ਉਲਟੀਆਂ ਆਪ ਧੋਵੋ। ਸੁਣ ਮੇਰੀ ਗੱਲ, ਆਪ ਬੇਹਦ
ਬਦਹਜ਼ਮੀ ਕਰਵਾਈ ਹੈ ਜਿਹਨੇ ਉਹਨਾਂ ਨੂੰ ਬੱਚੇ ਬੜੇ ਮੰਮੀ ਡੈਡੀ ਆ ਉਲਟੀ ਚੋ ਮੰਮੀ ਡੈਡੀ ਕਿਹੜੇ ਉਲਟੀਆਂ ਕਰਦੇ ਹੁੰਦੇ ਆ ਸੁਣ ਤੇ ਲੈ ਉਲਟੀ ਚੋ ਗਰੀਬ ਕਰਦਾ ਉਲਟੀਆਂ ਆ ਸੁਣ ਗਾਣਾ ਨੂੰ ਖਾਣ ਦਾ ਨਹੀਂ ਪਤਾ ਲੱਗਦਾ ਓਏ ਉਲਟੀ ਚੋ ਪੀਜ਼ਾ ਨਿਕਲਿਆ ਉਹ ਵੀ ਤੇਰਾ ਵਾ ਆਲੂ ਨਿਕਲਿਆ ਉਹ ਵੀ ਤੇਰਾ ਵਾ ਮੋਟਰਸਾਈਕਲ ਨਿਕਲਿਆ ਉਹ ਵੀ ਤੇਰੀ ਹੈ ਤੂੰ ਰੱਖ ਖੁਦਾ ਦੇ ਆ ਬੰਦੇ ਉਹਨਾਂ ਨੇ ਮੈਨੂੰ ਤੇਰੇ ਉਲਟੀ ਜੋ ਤੂੰ ਪੀਜ਼ਾ ਕੱਢਣ ਡਿਆ ਲੱਖ ਲਾਨਤ ਆ ਤੇ ਤੋ ਚੌਲੇ ਡੇ ਲੰਮੇ ਖਾਂਦੇ ਉਹ ਵੀ ਤੇਰੇ ਆ ਉਲਟੀਆਂ ਉੱਥੇ ਕਰੀ ਉੱਥੇ ਕੁਕੜੀਆਂ ਛੱਡ ਨਰਾਜ਼ ਨਾ ਹੋਇਆ ਮੈਂ ਨਹੀਂ ਨਰਾਜ਼ ਹੁੰਦਾ ਤੂੰ ਜਾ ਤੇਰੀ ਮਿਹਰਬਾਨੀ ਹਾਂ ਲੈ ਤੁਹਾਡੇ ਭਤੀਜੇ ਦਾ ਫੇਰ ਫੋਨ ਆ ਗਿਆ ਭਤੀਜਾ ਪਤਾ ਨਹੀਂ ਫੋਨ ਤੇ ਉੱਤੇ ਬੈਠਾ ਆ ਜੀ ਬੇਟਾ ਹਾਂ ਜੀ ਮੈਂ ਅੰਕਲ ਕੋ ਹੀ ਆ ਹਾਂ ਜਿਹਨਾਂ ਦਾ ਛੋਟੇ ਸਿਲੰਡਰ ਵਰਗਾ ਮੂੰਹ ਆ ਆ ਤੇਰੇ ਪਿਓ ਦਾ ਵੀ ਕੁੱਤੇ ਦੇ ਪੈਰ ਵਰਗਾ ਮੂੰਹ ਆ ਹੈ ਬੇਟਾ ਹਾਂ ਅੰਕਲ ਕਹਿੰਦੇ ਸ਼ਹਿਰ ਜਾਣਾ ਆਪਾਂ ਕੱਲ ਨੂੰ ਲੈ ਤੇਰੇ ਪਿਓ ਦਾ ਵੀ ਮੂੰਹ ਆ ਠੁੱਡ ਮਾਰ ਕੇ ਲਾਲ ਸਿੱਟੀ ਹੁੰਦੀ ਜੀ 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 ਬੇਟਾ ਅੰਕਲ ਹਾਂ ਬੇਟਾ ਉਹਨਾਂ ਦੇ ਨਾਲ ਕੁੱਕਰ ਵਰਗਾ ਮੂੰਹ ਆ ਹਾਂ ਤੇਰੇ ਪਿਓ ਦਾ ਵੀ ਅਨਪੜ ਬੱਕਰੇ ਵਰਗਾ ਮੂੰਹ ਆ ਉਹ ਵੈਸੇ ਬੇਟਾ ਇੰਜੋਏ ਕਰ ਰਹੇ ਨੇ ਹਾਂ ਮੈਂ ਵੀ ਇੰਜੋਏ ਕਰ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਉਸੇ ਚੱਲ ਜਾ ਯਾਰ ਜਿਹਨਾਂ ਦਾ ਚੱਕੀ ਦੁੰਬੇ ਵਰਗਾ ਮੂੰਹ ਆ ਬਕਵਾਸ ਕਰੀ ਜਾਂਦਾ ਹੁਣ ਕੋਲ ਚੱਕੀ ਜਾਂਦੇ ਆ ਹੁਣ ਨਹੀਂ ਤੋੜਾ ਕੰਮ ਕਰ ਜਾ ਕੇ ਬੇਟੇ ਮਾਰ ਕੋਈ ਨਹੀਂ ਤੋੜਾ ਤੂੜਾ ਸੀ ਜਾ ਮਿੰਟ ਬਾਅਦ ਕੰਬਲ ਦੇ ਕਿੰਨੇ ਪੈਸੇ ਫਲਾਨੇ ਦੇ ਕਿੰਨੇ ਪੈਸੇ ਮੈਂ ਤੇਰੇ ਮੂੰਹ ਵੱਲ ਵੇਖੀ ਜਾਣ ਡਿਆ ਆ ਜੱਟ ਵਾ ਜਾ ਇੱਥੋਂ ਇਹ ਨਾ ਹੋਵੇ ਇੱਟ ਖਾ ਲਵੇ ਮੇਰੇ ਕੋਲੋਂ ਪੈਂਪਰ ਧੋਦੇ ਆ ਮਰ ਗਈਆਂ ਪੈਂਪਰ ਧੋਣ ਵਾਲੀਆਂ ਉਹਨਾਂ ਨੂੰ ਕਹਿ ਪੈਂਪਰ ਧੋਣ ਵਿਹੜੇ ਧੋਣ ਜਾ ਕੇ ਗੱਲਾਂ ਕਰਨ ਡਿਆ ਆ ਤੂੰ ਬਹੁਤੀਆਂ ਮੌਸੇ ਅੰਕਲ ਕੋਈ ਇਹਨਾਂ ਦਾ ਪੀੜੀ ਵਰਗਾ ਮੂੰਹ ਆ ਜਾ ਦਫਾ ਹੋ ਜਾ ਕਿਸੇ ਪਾਸੇ